ਦੈਨਿਕ ਸਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਚੋਣ ਖਾੜਾ ਜਿਹੜਾ ਪੂਰਾ ਪੱਕਿਆ ਹੋਇਆ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੱਬਾ ਪਾਰ ਹੋਈਆਂ ਨੇ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਉਮੀਦ ਪ੍ਰਧਾਨ ਪੰਜਾਬ ਸਵਰਨ ਸਲਾਰੇ ਜੀ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਦੈਨਿਕ ਸਵੇਰਾ ਜੀ ਅਭਿਸ਼ੇਕ ਧੰਨਵਾਦ ਸਰ ਲਗਾਤਾਰ ਨੋ ਹਲਕਿਆਂ ਤੁਸੀਂ ਵਿਚਰ ਰਹੇ ਹੋ ਲੋਕ ਸਭਾ ਦੇ ਕਿਵੇਂ ਦਾ ਲੋਕਾ ਜਿਹੜਾ ਰਿਸਪੌਂਸ ਹੈ ਚੋਣਾਂ ਨੂੰ ਲੈ ਕੇ ਮਿਲ ਰਿਹਾ ਦੇਖੋ ਅਭਿਸ਼ੇਕ ਲੋਕੀ ਹੋਣਾ ਪੁਰਾਣੇ ਵਾਲੇ ਸੋਚ ਨਾਲ ਨਹੀਂ ਰਹਿ ਗਏ ਲੋਕੀ ਹੋਂਸ ਇਹ ਸੋਚਦੇ ਨੇ ਕਿ ਜਿਹੜੀ ਪਾਰਟੀ ਸਾਡਾ ਕੰਮ ਕਰ ਰਹੀ ਐ ਅਸੀਂ ਉਹਦੇ ਨਾਲ ਰਹਿਣਾ ਔਰ ਮੈਂ ਤੁਹਾਨੂੰ ਦੱਸਾਂ ਪਿਛਲੇ 75 ਸਾਲਾਂ 'ਚ ਜਿਹੜਾ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਇਸੇ 2 ਸਾਲ ਚ ਕਰਤਾ ਜੋ ਵਾਅਦੇ ਕੀਤੇ ਅਜ 2 ਸਾਲ ਹੋਏ ਨੇ ਉਦੋਂ 60 70% ਵਾਅਦੇ ਸਾਡੇ ਪੂਰੇ ਹੋ ਗਏ ਨੇ ਆਉਣ ਵਾਲੇ 3 ਸਾਲਾਂ ਚ ਜਿਹੜਾ ਕੁਛ ਰਹਿ ਗਿਆ ਉਹ ਪੂਰਾ ਹੋ ਜਾਏਗਾ ਇਹ ਸੋਚ ਕੇ ਕਿ ਕਿਤੇ ਕਾਂਗਰਸ ਪਾਰਟੀ ਨੇ ਜਾਂ ਭਾਜਪਾ ਪਾਰਟੀ ਨੇ ਜੋ ਵਾਅਦੇ ਕੀਤੇ ਇਲੈਕਸ਼ਨ ਦੇ ਟਾਈਮ ਤੇ ਇੱਕ ਵੀ ਪੂਰਾ ਨਹੀਂ ਕੀਤਾ ਚਾਹੇ ਉਹ ਕਾਂਗਰਸ ਪਾਰਟੀ ਹੋ ਇਲੈਕਸ਼ਨ ਦੇ ਟਾਈਮ ਤੇ ਉਹ ਵੀ ਆਈ ਸੀ ਜੀ ਐਸ ਸੀ ਫ੍ਰੀ ਫੋਨ ਦੇਵਾਂਗੇ ਕਿਸਾਨਾਂ ਦੇ ਲੋਨ ਮਾਫ ਕਰਾਂਗੇ ਘਰ ਘਰ ਨੌਕਰੀ ਦੇਵਾਂਗੇ ਨਸ਼ਾ ਖਤਮ ਕਰਾਂਗੇ 50 ਚੀਜ਼ਾਂ ਕੀਤਿਆਂ ਆਏ ਰਾਤ ਕੀਤਾ ਨਿਕਲ ਗਏ ਲੋਕਾਂ ਨੂੰ ਹੁਣ ਇਹ ਪਤਾ ਹੈ ਕਿ ਬੀਜੇਪੀ ਨੇ ਵੀ ਸਾਨੂੰ ਮੈਂਬਰ ਆਫ ਪਾਰਲੀਮੈਂਟ ਦਿੱਤਾ ਸੀ ਲੋਕਾਂ ਨੇ ਬੜੇ ਚਾਣ ਨਾਲ ਬੋਟ ਪਾਈ ਸੀਗੇ ਕੁਝ ਨਹੀਂ ਹੋਇਆ ਉਹ ਵੀ 5 ਸਾਲ ਇੱਕ ਦਿਨ ਨਹੀਂ ਵੜਿਆ ਹੁਣ ਲੋਕਾਂ ਨੂੰ ਇਹ ਪਤਾ ਹੈ ਕਿ ਇੱਕ ਮੌਕਾ ਸੀ ਇਸ ਵਾਰ 13 0 ਦੀ ਲੀਡ ਨਾਲ ਪੰਜਾਬ 'ਚ ਅਸੀਂ ਆਮ ਆਦਮੀ ਪਾਰਟੀ ਨੂੰ ਦੇਣਾ ਕਿਉਂਕਿ ਆਮ ਆਦਮੀ ਪਾਰਟੀ ਕਿਦਾਂ ਦੀ ਪਾਰਟੀ ਹੈ ਜੇ ਉਹ ਕਹਿੰਦੀ ਹੈ ਉਹ ਕਰਦੀ ਹੈ ਉਹ 100% ਕੀਤਾ ਹੈ ਕਿਉਂਕਿ ਇਹਨਾਂ ਦੀ ਮੈਨੀਫੈਸਟੋ 'ਚ ਲਿਖਿਆ ਸੀਗਾ ਕੈਸੀ ਬਿਜਲੀ ਮਾਫ ਕਰਾਂਗੇ ਕਸਾਨਾ ਦਾ 24 ਘੰਟੇ ਬਿਜਲੀ ਦੇਾਂਗੇ ਬੰਬੀਆਂ ਤੇ ਲੇਡੀਜ਼ ਦਾ ਟ੍ਰਾਂਸਪੋਰਟ ਫ੍ਰੀ ਕਰਾਂਗੇ ਐਜੂਕੇਸ਼ਨਲ ਸਿਸਟਮ ਸੁਧਾਰਾਂਗੇ ਰੋਡਾਂ ਤੇ ਮੋਬਾਈਲ ਵਨ ਵੈਨ ਜਿਹੜੀਆਂ ਨੇ ਨਿਊ ਪੁਲਿਸ ਫੋਰਸ ਬਣਾ ਕੇ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਐਕਸੀਡੈਂਟ ਹੋ ਜਾਏ ਉਹਨੂੰ ਲੈ ਕੇ ਹਸਪਤਲ ਜਾਓ ਗਵਰਨਮੈਂਟ ਸਾਰੇ ਇਲਾਜ ਦਾ ਪੈਸਾ ਦਿੰਦੀ ਹੈ ਇਹ ਸਾਰਾ 2 ਸਾਲ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਤੇ ਮੈਂ ਦੇਖਿਆ ਹਲਕਿਆਂ 'ਚ ਜਾ ਕੇ ਹਰ ਪਰਵਾਰ ਜਿਹੜਾ ਜ਼ਰੂਰਤਮੰਦ ਹੈ ਜਿਹੜਾ ਵੋਟਰ ਹੈ ਉਹ ਇਹ ਸੋਚਦਾ ਹੈ ਕਿ ਸਾਨੂੰ ਠੱਗਿਆ ਨਹੀਂ ਜਾਂਦਾ ਸਾਨੂੰ ਠੱਗ ਕੋਈ ਪਾਰਟੀ ਅਗਰ ਨਹੀਂ ਠੱਗ ਰਹੀ ਹੈ ਤਾਂ ਆਮ ਆਦਮੀ ਪਾਰਟੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਜੋ ਮਾਹੌਲ ਮੈਂ ਦੇਖਿਆ ਹੈ ਯਕੀਨ ਨਾਲ ਕਹਿਣਾ ਸ਼ਰੀ ਕਲਸੀ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਗੁਰਦਾਸਪੁਰ ਤੋਂ ਜਿਹਨਾਂ ਨਿਸ਼ਾਨ ਚਾੜ੍ਹੂਏ ਮੈਨੂੰ ਯਕੀਨ ਨਾਲ ਕਹਿਣਾ ਪੰਜਾਬ ਤੇ 13 ਜੀਰੋਂ ਤੋਂ ਲੀਡ ਹੋਏਗੀ ਸ਼ਰੀ ਕਲਸੀ ਦੀ ਲੀਡ ਸਭ ਤੋਂ ਵੱਡੀ ਹੋਏਗੀ ਸਰ ਕਿਹੜੀਆਂ ਗਰੰਟੀਆ ਜਿਹੜੀਆਂ ਲੋਕਾਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਕਿਉਂਕਿ ਪਹਿਲੇ ਵੀ ਕਾਫੀ ਗਰੰਟੀ ਆਮ ਆਦਮੀ ਪਾਰਟੀ ਦਿੰਦੀਆਂ ਜਿਹੜੀਆਂ ਕਿ ਪੂਰੀਆਂ ਕੀਤੀਆਂ ਨੇ ਸਿਰਫ ਇੱਕ ਮਹਿਲਾਵਾਂ ਦੀ ਜਿਹੜੀ 1000 ਰੁਪਏ ਦੀ ਜਿਹੜੀ ਗਰੰਟੀ ਹੈ ਉਹ ਤੱਕ ਪੂਰੀ ਨਹੀਂ ਵੀ ਵਿਰੋਧੀ ਪਾਰਟੀਆਂ ਉਸਤੇ ਸਵਾਲ ਵੀ ਚੁੱਕਦੀਆਂ ਨੇ ਹੁਣ ਤੁਸੀਂ ਕਿਹੜੀਆਂ ਜਿਹੜੀਆਂ ਗਰੰਟੀਆਂ ਨੇ ਅਜਿਹੀਆਂ ਜਿਹੜੀਆਂ ਲੋਕਾਂ ਤੱਕ ਦੇਖੋ ਅਭਿਸ਼ੇਕ ਸਭ ਤੋਂ ਪਹਿਲੇ ਤੇ 1000 ਰੁਪਏ ਦੀ ਗਾਰੰਟੀ ਹੈ ਅਸੀਂ ਲੋਕਾਂ ਵਿੱਚ ਨਹੀਂ ਜਾਾਂਗੇ ਵਾਪਸ ਐਮਐਲਏ ਦੇ ਟਾਈਮ ਤੇ ਬੋਡ ਮੰਗਨ ਵਾਸਤੇ ਅਸੀਂ ਅਗਰ 1000 ਰੁਪਏ ਲੋਕਾਂ ਨੂੰ ਇਹ ਸਾਡੇ ਲੇਡੀ ਦੇ ਅਕਾਊਂਟ ਵਿੱਚ ਨਹੀਂ ਪਾਉਂਦੇ ਇਹ ਇਮੀਡੀਏਟਲੀ ਡਿਸੀਜਨ ਹੋ ਚੁੱਕਿਆ ਹੈ ਅਸੀਂ ਇਹ 1000 ਰੁਪਏ ਦੀ ਕਮਿਟਮੈਂਟ ਪੂਰੀ ਕਰਾਂਗੇ ਦੂਸਰੇ ਸਾਡੇ ਵਾਅਦੇ ਜੀ ਨੇ ਕਿ ਅਸੀਂ ਕ腐ਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਦੇਣਾ ਚਾਹੁੰਦੇ ਹਾਂ ਕੋਈ ਵੀ ਸਰਕਾਰੀ ਕੰਮ ਸਰਕਾਰੀ ਅਫਸਰ ਮੋਸਟਲੀ ਪੰਜਾਬ ਚ ਕਾਫੀ بڑے ਚੰਗੇ ਲੋਕ ਹੈਗੇ ਨੇ بڑے ਚੰਗੇ ਅਫਸਰ ਹੈਗੇ ਨੇ ਲੇਕਿਨ ਜੋ ਕੁਝ ਕਰਪਟ ਹੋਏਗਾ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਉਹਦੀ ਜਗ੍ਹਾ ਜੇਲ੍ਹ ਚ ਹੋਏਗੀ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਕਿਸੇ ਦਾ ਕੰਮ ਰੁਕਿਆ ਕੋਈ ਅਫਸਰ ਰੁਕ ਕੇ ਬੈਠਿਆ ਹੈ ਕੰਮ ਨਹੀਂ ਕਰ ਰਿਹਾ ਪੈਸੇ ਮੰਗ ਰਿਹਾ ਤੁਸੀਂ ਸਿਰਫ ਸਵਨਸਲਾਰਿਆਂ ਨੂੰ ਐਜ਼ ਅ ਆਮ ਆਦਮੀ ਪਾਰਟੀ ਦਾ 22 ਪ੍ਰੈਜ਼ੀਡੈਂਟ ਪੰਜਾਬ ਦਾ ਹੋਣ ਦੇ ਨਾਤੇ ਮੈਂ ਕਹਿ ਰਿਹਾ ਪੂਰੇ ਪੰਜਾਬ ਵਿੱਚ ਪਰ ਸ਼ੁਰੂਆਤ ਹੋएगी ਪਠਾਨਕੋਟ ਤੋਂ ਲੋਕ ਸਭਾ ਗੁਰਦਾਸਪੁਰ ਤੋਂ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਕਿਸੇ ਦਾ ਕੋਈ ਕੰਮ ਨਹੀਂ ਰੁਕੇਗਾ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਇਹ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਮੇਰੇ ਜੋ ਵੀ ਭੈਣ ਭਰਾ ਸੁਣ ਰਹੇ ਨੇ ਇਸ ਚੀਜ਼ ਤੋਂ ਬਾਹਰ ਨਿਕਲੋ ਕਿ ਜਦੋਂ ਅਸੀਂ ਤੁਹਾਡੀ ਹਰ ਚੀਜ਼ ਦੀ ਗਾਰੰਟੀ ਲੈ ਰਹੇ ਹਾਂ ਤੇ ਫਿਰ ਤੁਸੀਂ ਇਹ ਮਤ ਸੋਚੋਗੇ ਤੁਸੀਂ ਭਾਜਪਾ ਨੂੰ ਬਿਲੋਂਗ ਕਰਦੇ ਹੋ ਤੁਸੀਂ ਕਾਂਗਰਸ ਦੇ ਬੰਦੇ ਸੀਗੇ ਜਦੋਂ ਕਾਂਗਰਸ ਔਰ ਭਾਜਪਾ ਨੇ ਤੁਹਾਡਾ ਖਿਆਲ ਹੀ ਨਹੀਂ ਰੱਖਿਆ ਤੋ ਉਹਦੇ ਵਾਦੇ ਸੁਚਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਆਮ ਆਦਮੀ ਪਾਰਟੀ ਨੂੰ ਬੋਟ ਪਾਓ ਤੁਹਾਨੂੰ ਪਤਾ ਛਾੜੂ ਇੱਕ ਇਦਾਂ ਦੀ ਚੀਜ਼ ਹੈ ਸਾਰੀ ਗੰਦਗੀ ਸਾਫ ਕਰ ਦਿੰਦਾ ਤੇ ਇਸ ਵਾਰ ਪੰਜਾਬ 'ਚ ਜਿੰਨੀ ਗੰਦਗੀ 75 ਸਾਲ ਤੋਂ ਪਈ ਜਾਣਾ ਇਹ ਸਾਫ ਕਰ ਦਿਓ ਯਕੀਨ ਨਾਲ ਕਹਿਣਾ ਜਿਹੜੇ ਜੋ ਕੁਝ ਮੈਂ ਤੁਹਾਡੇ ਚੈਨਲ ਤੇ ਬੋਲ ਰਿਹਾ ਗਾਰੰਟੀ ਦੇ ਨਾਲ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਬਾ ਤੇ ਮੈਨੂੰ ਇਹ ਛੋਟੀ ਹੈ ਕਿ ਅਸੀਂ ਜੋ ਬੋਲਾਂਗੇ ਉਹ ਅਸੀਂ ਕਰਾਂਗੇ ਠੀਕ ਹੈ ਧੰਨਵਾਦ ਤਾਂ ਸਾਡੇ ਨਾਲ ਪੰਜਾਬ ਦੇ ਮੀਤ ਪ੍ਰਧਾਨ ਸਵਰਨ ਸਲਾਰੀਆ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਤੇ ਬੇਬਾਕੀ ਤਰੀਕੇ ਨਾਲ ਬੋਲਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ 4 ਜੂਨ ਨੂੰ ਕਲੀਨ ਸਵੀਪ ਜਿਹੜੀ ਹੈ ਪੰਜਾਬ ਦੇ ਵਿੱਚ ਕਰਨ ਜਾ ਰਹੀ ਹੈ ਤੇ ਆਪਣੇ ਜਿਹੜੇ ਐਮਪੀ ਨੇ ਉਹਨਾਂ ਨੂੰ ਦਿੱਲੀ ਭੇਜੇਗੀ ਤੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਵਾਏਗੀ ਇਸੇ ਦੇ ਨਾਲ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਦਵੋ ਇਸਹਾਦਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par